ਪੰਜਾਬ ਇਲੈਕਸ਼ਨ ਹੁੰਦੀ ਹੈ, ਸਾਉਣ ਭਾਦੂ ਦੇ ਮਹੀਨੇ ਡੱਡੂ ਬੋਲਦੇ ਟਰੋਂ ਕਰਦੇ ਹੈ। ਜਦੋਂ ਇਲੈਕਸ਼ਨ ਪੰਚਾਇਤ ਦੇ ਆ ਜਾਓ, ਜ਼ਿਲ੍ਹਾ ਪ੍ਰੀਸ਼ਦ ਆ ਜਾਓ, ਪੰਚਾਇਤ ਸਮਿਤੀ ਆ ਜਾਓ, MLA ਦੇ ਆ ਜਾਓ, MP ਦੇ ਆ ਜਾਓ, ਲੀਡਰ ਲੋਕ ਡੱਡੂਆਂ ਵਾਂਗੂ ਵੋਟਾਂ ਪਿੱਛੇ ਭੱਜਦੇ ਆਣਗੇ। ਅਤੇ ਜਦੋਂ ਅਸੀਂ ਧਰਨਾ ਲਾਇਆ, ਕਿਸੇ ਪਾਰਟੀ ਦਾ ਕੋਈ ਮਾਂ ਦਾ ਪੁੱਤ ਲੀਡਰ ਹੈ ਸਾਡੇ ਕੋਲ, ਹੰਝੂ ਪੁੱਛਣ ਵਾਸਤੇ ਝੂਠੇ ਮੰਨਣ ਨਾਲ ਨਹੀਂ ਆਇਆ, ਝੂਠੇ ਮੰਨਣ ਨਾਲ ਤਾਂ ਆ ਜਾਂਦੇ, ਉਵੇਂ ਨਾ ਕਰਦੇ ਕੁਝ, ਕੁਝ ਤਾਂ ਦਿਲਾਸਾ ਦਿੰਦੇ। ਆਹ ਤੁਹਾਡੇ ਘੁਬਾਇਆ ਸਾਹਿਬ ਗੰਗ ਕਨਾਲ ਦੇ ਸ਼ੂਗਰ ਮਿਲ ਦੇ ਪੁਲਿਸ ਕੋਲ ਆਇਆ, ਕਹਿੰਦਾ ਅਸੀਂ ਤੁਹਾਡੇ ਨਾਲ, ਮੁੜ ਕੇ ਖੁੱਡ 'ਚ ਬਣ ਗਿਆ, ਖੁੱਡ 'ਚ ਆਇਆ ਨਹੀਂ ਮੁੜ ਕੇ, ਵਾਅਦਾ ਕੀਤਾ ਸੀ ਚੂਹਾ ਬਣ ਕੇ ਜੇ ਖੁੱਡ 'ਚ ਵੜ ਜਾਂਦਾ ਨਾ, ਉਵੇਂ ਜਾ ਕੇ ਵੜ ਗਿਆ। ਘੁਬਾਇਆ ਸਾਹਿਬ ਵਾਅਦਾ ਕਰੋ, ਠੋਕੇ ਕਰੋ, ਨਾ ਕਹਿੰਦਾ ਨਾ ਕਰੋ, ਇਹ ਸਾਡਾ ਹੱਕ ਜਿਹੜਾ ਹੈ ਨਾ ਪਾਣੀ ਦਾ, ਅਸੀਂ ਕਿਸੇ ਕੋਲ ਹੱਕ ਹੁੰਦੇ ਨਹੀਂ, ਸਾਡਾ ਹੱਕ ਪਾਣੀ ਦਾ ਪੂਰਾ ਕਰੋ, ਅਸੀਂ ਤੁਹਾਡੇ ਤਹਿ ਦਿਲ ਨਾਲ ਫੁੱਲਾਂ 'ਤੇ ਵਹਾ ਕੇ ਲਾਵਾਂਗੇ ਤੁਹਾਨੂੰ। ਪਰ ਵਾਅਦੇ ਕਰਦੇ ਨੇ ਲੀਡਰ, ਝੂਠੇ ਕਰਦੇ ਨੇ, ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੇ। ਅਸੀਂ ਕਿਸੇ ਦਾ, ਕੱਲੂ ਦਾ, ਖੂਹੀ ਖੇੜੇ ਦਾ, ਬੋਦੀ ਵਾਲਾ, ਸਾਨੂੰ ਹੱਕ ਨਹੀਂ ਖਵਾਉਂਦੇ, ਸਾਨੂੰ ਤਾਂ ਸਾਡਾ ਟੇਲ 'ਤੇ ਜਿੰਨਾ ਹੱਕ ਬਣਦਾ ਹੈ। ਅਫਸਰ ਸਾਹਿਬਾਂ ਨੂੰ ਬੇਨਤੀ ਕਰਦੇ ਹਾਂ, ਲੀਡਰ ਸਾਹਿਬਾਂ ਨੂੰ ਬੇਨਤੀ ਕਰਦੇ ਹਾਂ, ਸਾਡੇ ਕੋਲ ਤਾਂ ਵਿਰੋਧੀ ਪਾਰਟੀ ਦਾ ਲੀਡਰ 'ਤੇ ਹੱਕ ਬਣਦਾ ਹੈ, ਉਹ ਵੀ ਨਹੀਂ ਆਏ। ਹੁਣ ਵੋਟਾਂ ਮੰਗਣ ਵਾਸਤੇ ਆਉਣਗੇ ਜਿਹੜੇ ਪਾਰਟੀ ਦੇ ਹੈਗੇ ਸਰਕਾਰ ਜਿਹਨਾਂ ਦੀ, ਉਹ ਵੀ ਆਉਣਗੇ, ਜਿੰਨਾ ਸਰਕਾਰ 'ਤੇ ਵਿਰੋਧੀ ਪਾਰਟੀ 'ਚ ਹੈ ਉਹ ਵੀ ਆਉਣਗੇ, ਆਜ਼ਾਦ ਵੀ ਆਉਣਗੇ। ਪਰ ਪਿੰਡ ਵਾਸੀ ਐਤਕੀ ਜਿਸ ਅੱਜ ਤੋਂ ਕਈ ਸਾਲ ਪਹਿਲਾਂ ਮਾਮਲੇ ਬਾਰੇ ਗੱਲ ਆਈ ਸੀ, ਪਿੰਡ ਇੱਕ ਹੋ ਗਿਆ, ਤਹਿਸੀਲਦਾਰ ਕਹਿੰਦਾ ਮਾਮਲਾ ਭਰੋ, ਕਾਹਦਾ ਭਰੀਏ ਮਾਮਲਾ, ਵੀ ਜਦੋਂ ਫਸਲ ਹੀ ਕੋਈ ਨਹੀਂ, ਪਾਣੀ ਨਹੀਂ ਗਾਇਆ, ਮਾਮਲਾ ਕਿਹਦਾ। ਇਸ ਤਰ੍ਹਾਂ ਇਸ ਵਾਰੀ ਇਵੇਂ ਹੀ ਹੋਇਆ, ਨਹਿਰ 'ਚ ਪਾਣੀ ਕੋਈ ਨਹੀਂ, ਫਸਲਾਂ ਮਰ ਰਹੀਆਂ, ਗੁਆਰਾ ਸੜ ਰਿਹਾ, ਨਰਮਾ ਸੜ ਰਿਹਾ, ਝੋਨਾ ਸੜ ਰਿਹਾ, ਪੀਣ ਨੂੰ ਪਾਣੀ ਨਹੀਂ ਆ ਰਿਹਾ ਇੱਧਰ, ਅਤੇ ਸਾਰੇ ਪਿੱਛੇ ਮੋਗੇ, ਸਾਰੇ ਭੰਨ ਰੱਖੇ, ਨਹੀਂ ਤਾਂ ਜਾ ਕੇ ਤਸੱਲੀ ਕਰਾ ਦਿੰਦੇ ਵੀ ਇਹ ਮੋਗੇ ਭੰਨੇ ਹੋਏ, ਜੇ ਮੋਗੇ ਭੰਨ ਲਾਂਗੇ ਪਾਣੀ ਅੱਗੇ ਕਿਵੇਂ ਆਊਗਾ। ਅਸੀਂ ਤਾਂ ਬੇਨਤੀ ਕਰਦੇ ਹਾਂ, ਸਾਡਾ ਹੱਕ ਉਹ ਹੀ ਲੀਡਰ ਪਿੰਡ 'ਚ ਵੜੇ ਜਿਹੜਾ ਸਾਡਾ ਹੱਕ ਪੂਰਾ ਕਰਦੇ, ਉਸ ਲੀਡਰ ਨੂੰ ਇੱਕ ਪਿੰਡ 'ਚ ਵੋਟ ਇੱਕੋ ਮੋਰੀ, ਪਿੰਡ ਇੱਕ ਮੋਰੀ ਚੱਲਣ ਜੂਗਾ ਵੋਟਾਂ ਪਿੱਛੇ। ਜਿਹੜਾ ਬੰਦਾ ਕਹਿੰਦਾ ਮੈਂ ਕਿਉਂ ਮਾਰ ਲੈਂਦਾ, ਉਹ ਸਾਡਾ ਹੱਕ ਪੂਰਾ ਕਰੇ ਅਤੇ ਵੋਟਾਂ ਸਾਰੀਆਂ ਉਸ ਬੰਦੇ ਨੂੰ, ਨਹੀਂ ਤਾਂ ਕਿਸੇ ਲੀਡਰ ਨੂੰ ਕੋਈ ਵੋਟ ਨਹੀਂ। ਪਿੰਡ ਦਾ ਆਵਾਜ਼ ਕਾਟ ਹੈਗਾ, ਜੈ ਜਵਾਨ ਜੈ ਕਿਸਾਨ, ਜੈ ਜਵਾਨ ਜੈ ਕਿਸਾਨ, ਜੈ ਜਵਾਨ ਜੈ ਕਿਸਾਨ, ਸਾਡੇ ਹੱਕ ਇੱਥੇ ਰੱਖ, ਸਾਡੇ ਹੱਕ ਇੱਥੇ ਰੱਖ, ਜੈ ਹਿੰਦ ਜੈ ਜਵਾਨ ਜੈ ਕਿਸਾਨ। ਜਦੋਂ ਤੱਕ ਸਾਡਾ ਬਾਰਾਮਾਸੀ ਦਾ ਪਾਣੀ ਪੂਰਾ ਨਹੀਂ ਹੁੰਦਾ, ਉਦੋਂ ਤੱਕ ਸਾਰੇ ਇਲੈਕਸ਼ਨਾਂ ਦਾ ਬਾਈਕਾਟ ਕਰਦੇ ਹਾਂ, ਅਸੀਂ ਕਿਸੇ ਵੀ ਇਲੈਕਸ਼ਨ 'ਚ ਵੋਟ ਨਹੀਂ ਪਾਉਣਗੇ। ਜਿਹੜੀਆਂ ਮੰਗਾਂ DC ਸਾਹਿਬ ਨੇ ਸਾਨੂੰ ਦਿੱਤੀਆਂ ਸੀ, ਉਹਨਾਂ 'ਚੋਂ ਇੱਕ ਵੀ ਮੰਗ ਪੂਰੀ ਨਹੀਂ ਹੋਈ। ਸਾਨੂੰ ਨਾਲ ਲੈ ਜਾਂਦੇ ਹੈ ਅਤੇ ਨਾਲ ਜਾ ਕੇ ਅੱਗੇ ਜ਼ਿਮੀਂਦਾਰ ਗੜ ਪੈ ਜਾਂਦੀ ਹੈ, ਨਾ ਤਾਂ ਸਾਨੂੰ ਪ੍ਰੋਟੈਕਸ਼ਨ ਦਿੰਦੀ ਹੈ, ਹਰ ਵਾਰ ਸਾਨੂੰ ਇਵੇਂ ਰੋਲਿਆ ਜਾਂਦਾ ਹੈ। ਅਤੇ ਪਿੱਛੇ ਜਿਹੜੀਆਂ ਪਾਈਪਾਂ ਫੜੀਆਂ ਗਈਆਂ ਉਹਨਾਂ 'ਤੇ ਨਾ ਤਾਂ ਕਾਰਵਾਈ ਹੋਈ, ਕੋਈ ਪੁਲਿਸ ਪਰਚਾ ਹੋ ਹੀ ਨਹੀਂ ਰਿਹਾ ਉਹਨਾਂ 'ਚ, ਸਿਰਫ ਮਹਿਕਮਾ ਪਰਚਾ ਕੱਟ ਦਿੰਦਾ, ਪੁਲਿਸ ਕਾਰਵਾਈ ਨਹੀਂ ਹੋ ਰਹੀ। ਬਾਕੀ ਸਾਡਾ ਧਾਨਾ ਸੀਗਾ ਜਿਹਦਾ ਹੱਕ ਮਿਲਣਾ ਚਾਹੀਦਾ ਸਾਨੂੰ, ਪਰ ਉਸ ਹੱਕ ਨੂੰ ਅਣਗੋਲਿਆ ਕਰਿਆ ਜਾ ਰਿਹਾ। ਸਾਡੀ ਇਹੀ ਉਮੰਗ ਹੈ, ਜਦੋਂ ਤੱਕ ਸਾਡਾ ਪਾਣੀ ਬਾਰਾਮਾਸੀ ਨਹਿਰ ਦਾ ਪੂਰਾ ਨਹੀਂ ਹੁੰਦਾ, ਉਦੋਂ ਤੱਕ ਸਾਡਾ ਪਿੰਡ ਬਾਈਕਾਟ ਕਰਦਾ ਇਲੈਕਸ਼ਨਾਂ।